ਸਾਰੇ ਸੱਜਣਾਂ ਅਤੇ ਬੇਲੀਆਂ ਨੂੰ ਸਲਾਮ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨਾ ਚਾਹੁੰਦਾ ਕਿ ਮੌਸਮ ਬਦਲ ਰਿਹਾ ਅਤੇ ਸਮੋਗ ਦਾ ਸੀਜ਼ਨ ਆ ਚੁੱਕਿਆ। ਅਸੀਂ ਸਾਰੇ ਹੀ ਝੋਨਾ ਗੜਨੇ, ਝੋਨਾ ਜਦੋਂ ਗੜਨਾ ਅਤੇ ਐਂਡ 'ਚ ਉਹਦੇ ਵੱਢ ਨੂੰ ਅਤੇ ਪਰਾਲੀ ਨੂੰ ਸਾੜ ਦਿੰਦੇ। ਅਸੀਂ ਆਪਣੇ ਵੱਲੋਂ ਸਮਝਦੇ ਹਾਂ ਅਸੀਂ ਬੜੀ ਬੱਚਤ ਕੀਤੀ ਹੈ, ਕਿਉਂਕਿ ਸਾਨੂੰ ਹਲ ਜਾਂ ਰੂਟਾਵੇਟਰ ਜਾਂ ਹੋਰ ਮਸ਼ੀਨਾਂ ਇਸਤੇਮਾਲ ਕਰਕੇ ਇਹਨੂੰ ਜ਼ਮੀਨ 'ਚ ਰੋਲਣਾ ਨਹੀਂ ਪਿਆ, ਇਹਨੂੰ ਮਿੱਟੀ ਦੇ ਵਿੱਚ ਸ਼ਾਮਿਲ ਨਹੀਂ ਕਰਨਾ ਪਿਆ। ਲੇਕਿਨ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਦੋਂ ਅਸੀਂ ਉਹਨੂੰ ਸਾੜਦੇ ਹਾਂ ਅਤੇ ਉਹਦਾ ਜਿਹੜਾ ਧੂੰ ਹੈ ਉਹ ਸਾਡੇ ਵਾਸਤੇ ਕਿੰਨਾ ਜ਼ਹਿਰੀਲਾ ਸਾਬਤ ਹੁੰਦਾ। ਅਸੀਂ ਸਮਝਦੇ ਹਾਂ ਕਿ ਅਸੀਂ ਆਪਣੇ ਮਸਲੇ ਦਾ ਹੱਲ ਕੱਢ ਲਿਆ, ਲੇਕਿਨ ਮਸਲਾ ਤਾਂ ਅਸਲ 'ਚ ਉਹਦੇ ਬਾਅਦ ਸ਼ੁਰੂ ਹੁੰਦਾ। ਉਹ ਇੱਦਾਂ ਸ਼ੁਰੂ ਹੁੰਦਾ ਕਿ ਜਿੰਨੇ ਤੁਸੀਂ ਖਾਦ ਸਪਰੇ ਹੋਰ ਜੋ ਵੀ ਲਟਰਮ ਪਟਰਮ ਉਹਦੇ ਉੱਤੇ ਲਾਇਆ, ਜਦੋਂ ਤੁਸੀਂ ਉਸ ਬੂਟੇ ਨੂੰ ਸਾੜਦੇ ਹੋ ਨਾ, ਚੌਲ ਤਾਂ ਝੰਬ ਲੈ, ਪਿੱਛੇ ਜਿਹੜੀ ਪਰਾਲੀ ਉਹ ਸਾੜਤੀ, ਜਿਹੜਾ ਵੱਢ ਉਹ ਸਾੜਤਾ, ਉਹ ਸਭ ਕੁਝ ਜਿਹੜੇ ਜ਼ਹਿਰੀਲੇ ਮਾਦੇ ਨੇ ਉਸ ਧੂੰ ਦੇ ਨਾਲ ਹਵਾ ਦੇ ਵਿੱਚ ਸ਼ਾਮਿਲ ਹੁੰਦੇ ਜਾਂਦੇ। ਫਿਰ ਆਪਾਂ ਰਹਿੰਦੇ ਵੀ ਉੱਥੇ ਡੇਰਿਆਂ 'ਤੇ ਹੀ ਹਾਂ ਜਾਂ ਨਾਲ ਪਿੰਡ ਸਾਡਾ ਬਿਲਕੁਲ ਰਕਬੇ ਦੇ, ਅਤੇ ਉਹ ਸਾਰਾ ਜ਼ਹਿਰੀਲਾ ਧੂੰਆਂ ਅਸੀਂ ਫੱਕਦੇ ਹਾਂ। ਜਦੋਂ ਅਸੀਂ ਆਪਣੇ ਸਾਹ ਨਾਲ ਉਹ ਧੂੰ ਅੰਦਰ ਲੈ ਕੇ ਜਾਂਦੇ ਹਾਂ ਅਤੇ ਉਹ ਸਾਡੇ ਫੇਫੜਿਆਂ ਦਾ ਬੇੜਾ ਗਰਕ ਕਰ ਦਿੰਦਾ। ਫਿਰ ਉਨਾ ਪੈਸਾ ਸਾਡਾ ਡੀਜ਼ਲ 'ਤੇ ਅਤੇ ਮਸ਼ੀਨਾਂ ਕਿਰਾਏ 'ਤੇ ਲੈਣ 'ਤੇ ਨਹੀਂ ਸੀ ਲੱਗਣਾ ਜਿੰਨਾ ਪੈਸਾ ਸਾਡਾ ਡਾਕਟਰਾਂ ਕੋਲ ਲੱਗਦਾ, ਅਤੇ ਫਿਰ ਵੀ ਸਿਹਤ ਪਹਿਲਾਂ ਵਰਗੀ ਨਹੀਂ ਬਣਦੀ। ਅਤੇ ਮੈਂ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਬਈ ਪਰਾਲੀ ਨੂੰ ਸਾੜਨ ਤੋਂ ਗੁਰੇਜ਼ ਕਰੋ। ਦੂਸਰੀ ਗੱਲ, ਪਹਿਲਾਂ ਅਸੀਂ ਪਰਾਲੀ ਸਾਡੇ ਕੋਲ ਹੁੰਦੀ ਸੀ ਨਾ, ਉਹਦੇ 100 ਤਰੀਕਿਆਂ ਦੇ ਇਸਤੇਮਾਲ ਹੁੰਦੇ ਸਨ। ਪਰਾਲੀਆਂ ਦੇ ਅਸੀਂ ਛੱਪਰੇ ਪਾ ਲੈਣੇ, ਪਰਾਲੀ ਅਸੀਂ ਉਂਝ ਟੁੱਕ ਕੇ ਕਿਤੇ ਇਸਤੇਮਾਲ ਕਰ ਲੈਣੀ, ਪਰਾਲੀ ਨੂੰ ਅਸੀਂ ਜਨਾਬ ਰੱਖ ਲੈਣਾ ਸਾਂਭ ਕੇ ਉਹਦੇ ਖੱਬੜ ਵੱਟਣ ਵਾਸਤੇ। ਹੁਣ ਤਾਂ ਉਹ ਲੀਰਾਂ ਜਿਹੀਆਂ ਨਾਲ ਕਣਕ ਬੰਨਦੇ ਨੇ ਅਤੇ ਖੱਬੜ ਦਾ ਰਿਵਾਜ਼ ਕੋਈ ਨਹੀਂ ਰਹਿ ਗਿਆ, ਅਤੇ ਇਸ ਦੀ ਪਰਾਲੀ ਹੁਣ ਸਾਡੇ ਕੰਮ ਦੀ ਸਾਨੂੰ ਲੱਗਦੀ ਨਹੀਂ ਗੀ। ਲੇਕਿਨ ਜੇ ਉਹ ਕੰਮ ਦੀ ਨਾ ਰਹੀ ਅਤੇ ਉਹਨੂੰ ਇਸ ਤਰ੍ਹਾਂ ਸਾੜਦੇ ਰਹੇ ਅਤੇ ਫਿਰ ਤੁਸੀਂ ਵੀ ਕੰਮ ਦੇ ਨਹੀਂ ਰਹਿਣਾ, ਕੱਲ੍ਹ ਨੂੰ ਕਾਰਾਮਦ ਨਹੀਂ ਰਹਿਣਾ, ਮੰਜੀ 'ਤੇ ਪਏ ਹੋਵੋਗੇ ਖੌਂ ਖੌਂ ਕਰਦੇ। ਲੋਕਾਂ ਕਹਿਣਾ ਬਾਬੇ ਦੀ ਮੰਜੀ ਜ਼ਰਾ ਪਰਾਂ ਕਰਕੇ ਡਾਹ ਦਿਓ, ਖੰਘੇ ਦਾ ਬਹੁਤ ਹੈ, 10-12 ਸਾਲਾਂ 'ਚ ਗੇਮ ਮੁੱਕ ਜਾਣੀ। ਇਸ ਲਈ ਥੋੜ੍ਹਾ ਤਵੱਜੋ ਕਰੋ ਅਤੇ ਦੂਰ ਅੰਦੇਸ਼ੀ ਨਾਲ ਕੰਮ ਲਿਆ ਕਰੋ, ਗਾਂਹ ਦੀ ਵੇਖਿਆ ਕਰੋ। ਇੱਕ ਦਿਨ ਦੇ, ਇੱਕ ਹਫ਼ਤੇ ਦੇ, ਇੱਕ ਮਹੀਨੇ ਦੇ ਫਾਇਦੇ ਵਾਸਤੇ ਆਪਣੀ ਸਾਰੀ ਜ਼ਿੰਦਗੀ, ਆਪਣੇ ਬੱਚਿਆਂ ਦੀ ਜ਼ਿੰਦਗੀ ਖਰਾਬ ਨਾ ਕਰੋ। ਚਿਹਰੇ ਦੇ, ਸਕਿਨ ਦੇ, ਅੱਖਾਂ ਦੇ, ਗਲੇ ਦੇ 100 ਮਸਾਇਲ ਜਿਹੜੇ ਨੇ ਉਹ ਇਸ ਤੋਂ ਨਾ ਪੈਦਾ ਹੁੰਦੇ ਨੇ, ਮਿਹਰਬਾਨੀ ਕਰੋ। ਬਾਕੀ ਖੁਦਾ ਤੁਹਾਡੀ ਫਸਲ 'ਚ ਬਰਕਤ ਪਾਵੇ ਅਤੇ ਜਿਉਂਦੇ ਵਾਸਤੇ ਰਹੋ।